ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵੰਤ ਸਿੰਘ ਜੀ ਅਤੇ ਜੇਂਦਰ ਕੌਰ, ਅਸੀਂ ਦੋਨੇ ਹਾਜ਼ਰ ਹੋ ਚੁੱਕੇ ਹਾਂ ਜੀ ਜੂਨੀਅਰ ਦੇ ਟ੍ਰੇਲਰ ਲਾਂਚ 'ਤੇ। ਸੋ ਪੰਜਾਬੀ ਫਿਲਮ ਦਾ ਟ੍ਰੇਲਰ ਲਾਂਚ ਸਮਾਨ ਜੀ ਔਰ ਐਮ ਇੱਕ ਬਿਰਕ ਸਮਨ ਸਮਰ ਸਮਰ ਜੋ ਹੈ ਸਰ ਲਾਈਨ ਤੇ ਫਿਲਮ ਦੇ ਡਾਇਰੈਕਟਰ ਜਿਹੜੇ ਹਮੇ ਆ ਸ਼ਿਪ ਜਦੋਂ ਚੱਲਦਾ ਤਾਂ ਇੱਕ ਡਾਇਰੈਕਟਰ ਦਾ ਉਹਨੂੰ ਚਲਾਉਣ ਦੇ ਵਿੱਚ ਬਹੁਤ ਵੱਡਾ ਹੱਥ ਹੁੰਦਾ। ਸੋ ਹਰਮਨ ਜੀ ਗੱਲਬਾਤ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ? ਸਤਿ ਸ਼੍ਰੀ ਅਕਾਲ ਬਾਈ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਤੁਹਾਡਾ ਟ੍ਰੇਲਰ ਲਾਂਚ ਹੋਇਆ ਜੀ। ਬਾਈ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ, ਥੈਂਕ ਯੂ ਸੋ ਮੱਚ। ਕਿੰਨੇ ਕੁ ਐਕਸਾਈਟਡ ਹੋ? ਬਹੁਤ ਵੀਰੇ, ਦੱਸ ਨਹੀਂ ਸਕਦਾ ਐਕਸਾਈਟਮੈਂਟ ਦਾ ਜੀ। ਦੀ ਐਕਸਾਈਟਮੈਂਟ ਲੈਵਲ ਪਹਿਲਾਂ ਤੁਸੀਂ ਬਿਲੋਂਗ ਕਿੱਥੋਂ ਕਰਦੇ? ਮੇਰਾ ਜ਼ਿਲ੍ਹਾ ਫਾਜ਼ਿਲਕਾ, ਪਿੰਡ ਨੂਰਪੁਰ। ਹਾਂਜੀ, ਜ਼ਿਲ੍ਹਾ ਫਾਜ਼ਿਲਕਾ, ਪਿੰਡ ਨੂਰਪੁਰ, ਨੀਅਰ ਪਾਕਿਸਤਾਨ। ਜਦੋਂ ਮੈਂ ਤੁਹਾਡਾ ਟ੍ਰੇਲਰ ਦੇਖਿਆ ਸੀ ਨਾ, ਸੋ ਜਦੋਂ ਗੱਲਬਾਤ ਚੱਲ ਰਹੀ ਸੀ, ਤੁਸੀਂ ਪਿਓਰ ਪੰਜਾਬੀ ਬੋਲ ਰਹੇ ਸੀ, ਮੇਰੇ ਉਦੋਂ ਦਾ ਹੀ ਸਵਾਲ ਮਨ 'ਚ ਆਇਆ ਹੋਇਆ ਸੀ ਕਿ ਮੈਂ ਤੁਹਾਨੂੰ ਇਹ ਸਵਾਲ ਪੁੱਛਾਂ। ਹਾਂ, ਮੈਨੂੰ ਇਹ ਪਹਿਲਾਂ ਵੀ ਇੱਕ ਰਿਪੋਰਟਰ ਦੀਦੀ ਨੇ ਪੁੱਛਿਆ ਵੀ ਉਹ ਕਹਿੰਦੇ ਤੁਸੀਂ ਵੀਰਾ ਵੀਰਾ ਬਹੁ, ਮੈਨੂੰ ਵੀਰੇ ਕਹਿਣ ਦੀ ਆਦਤ, ਵੀਰੇ ਵੀਰੇ ਕਹਿਣ ਦੀ ਆਦਤ ਹੁੰਦੀ। ਸੋ ਮੈਂ ਸਮਝੀ ਸੀ ਕਿ ਤੁਸੀਂ ਸੰਗਰੂਰ ਤੋਂ। ਨਹੀਂ, ਉਹ ਐਕਚੁਅਲ 'ਚ ਕੀ ਆ, ਮੈਨੂੰ ਨਾ ਕਾਫੀ ਟਾਈਮ ਹੋ ਗਿਆ ਘਰ ਤੋਂ ਬਾਹਰ ਰਹਿੰਦੇ ਨੂੰ, ਜਿਵੇਂ 16-17 ਸਾਲ ਹੋ ਗਏ ਹੋਣੇ, ਨੀਅਰ ਅਬਾਊਟ ਬਾਹਰ ਹੀ ਮੈਂ ਸਟੱਡੀ ਕੀਤੀ, ਅਤੇ ਸੋ ਉਹਦੇ ਕਰਕੇ ਮੇਰੀ ਲੈਂਗੁਏਜ ਨਾ ਮਿਕਸ ਜੀ ਹੋਈ ਪਈ ਹੈ ਥੋੜ੍ਹੀ, ਪਰ ਜ਼ਿਆਦਾ ਮਾਲਵੇ ਵਾਲੀ ਹੈ ਕਿਉਂਕਿ ਮੈਂ ਮਾਲਵੇ ਦਾ ਰਹਿਣ ਵਾਲਾ, ਸੋ ਉਹਦਾ ਥੋੜ੍ਹੀ ਜਿਹੀ ਮਿਕਸ ਆ। ਮੈਨੇ ਸਟੱਡੀ ਕੀਤੀ ਕਿੱਥੋਂ ਹੈ? ਮੈਂ ਸਟੱਡੀ ਬੀਟੈਕ ਮਕੈਨੀਕਲ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫਤਿਹਗੜ੍ਹ ਸਾਹਿਬ ਤੋਂ ਕੀਤੀ। ਸੋ ਉਸ ਤੋਂ ਪਹਿਲਾਂ ਸਕੂਲਿੰਗ ਜੇ ਮੈਂ ਕਹਾਂ, ਸਕੂਲਿੰਗ ਮੈਂ ਕੀਤੀ ਹੈ ਪੰਜਾਬ ਪਬਲਿਕ ਸਕੂਲ ਮੂਲਿਆਂ ਵਾਲੀ, ਸਾਡੇ ਨਾਲ ਹੀ ਪਿੰਡ ਆ, ਥੋੜ੍ਹੀ ਦੂਰੀ ਪਿੰਡ ਲਾ ਲਓ, ਉਸ ਤੋਂ ਕੀਤੀ। ਅੱਛਾ, ਹਰਮਨ ਇੱਕ ਸਭ ਤੋਂ ਵੱਡੀ ਗੱਲ ਇਹ ਕੀਤੀ ਹੈ, ਜਦੋਂ ਆਪਾਂ ਥੀਏਟਰ ਲਾਈਨ 'ਚ ਆਉਂਦੇ ਹਾਂ ਜਾਂ ਫਿਲਮ ਲਾਈਨ 'ਚ ਆਉਂਦੇ ਹਾਂ, ਇੱਕ ਇੰਜੀਨੀਅਰ ਜਦੋਂ ਇਸ ਲਾਈਨ 'ਚ ਜਾਂਦਾ ਤਾਂ ਮਾਪਿਆਂ ਦਾ ਕਿੰਨਾ ਕੁ ਸੈਟਬੈਕ ਸੀ, ਮਤਲਬ ਸਪੋਰਟ ਸੀ ਜਾਂ ਖਿਲਾਫ ਸੀ ਵੀ ਯਾਰ ਤੂੰ ਹੈ ਇੰਜੀਨੀਅਰ, ਵੀ ਕਿਹੜੇ ਪੁੱਠੇ ਕੰਮਾਂ 'ਚ ਪੈ ਗਿਆ? ਇੱਕ ਨਾ ਮੈਂ ਇਹ, ਚਲੋ ਹੈ ਤਾਂ ਸੱਚ ਹੀ ਆ ਵੀ ਨਾ, ਮਾਪਿਆਂ ਨੂੰ ਹਰੇਕ ਨੂੰ, ਚਲੋ ਸ਼ਿਵ ਕੁਮਾਰ ਬਟਾਲਵੀ ਜੀ ਦਾ ਸ਼ਾਇਦ ਤੁਸੀਂ ਇੰਟਰਵਿਊ ਸੁਣੀ ਹੋ, ਤਾਂ ਉਹ 'ਚ ਕਹਿੰਦੇ ਹੋ ਵੀ ਰਿਵਾਲਟ ਭਾਲ ਦਿੰਦੇ ਹੈ ਨਾ, ਵੀ ਚਲੋ ਇਹ ਮਾਪਿਆਂ ਨੂੰ ਵੀ ਇੱਦਾਂ ਹੁੰਦਾ ਵੀ ਹੈ ਨਾ, ਚਲੋ ਵੀ ਉਹਨਾਂ ਨੇ ਇੱਦਾਂ ਪਾਲਿਆ ਪੋਸਿਆ ਪੜ੍ਹਾਇਆ। ਮੈਨੂੰ ਪਤਾ ਵੀ ਮੈਨੂੰ ਜਦੋਂ ਸਵੇਰੇ 4 ਵਜੇ ਮੇਰਾ ਬਾਪੂ ਉਠਾਉਂਦਾ ਹੁੰਦਾ ਸੀ ਨਾ ਵੀ ਉੱਠ ਕੇ ਪੜ੍ਹ, ਸੋ ਤਾਂ ਮੈਨੂੰ ਨਾਲ ਆਪ ਵੀ ਉੱਠਦਾ ਸੀ, ਮੇਰੇ ਫਾਦਰ ਸਾਹਿਬ ਨਾਲ ਉੱਠਦੇ ਸੀ ਅਤੇ ਨਾਲ ਆਪ ਉਹਨਾਂ ਨੇ ਬਹਿ ਜਾਣਾ, ਜੇ ਕਿਤੇ ਮੇਰੀ ਅੱਖ ਨੂੰ ਮੈਨੂੰ ਟੋਲਾ ਲੱਗਣਾ ਤਾਂ ਉਹਨਾਂ ਨੇ ਐਂ ਮਾਰਨਾ ਅਤੇ ਖੜਾਓ ਪੜ੍ਹ, ਮੈਨੂੰ ਪਤਾ ਵੀ ਉਹਨਾਂ ਨੇ ਇੰਨਾ ਪੜ੍ਹ ਐਂ ਪੜ੍ਹਾਇਆ ਹੈ ਨਾ। ਉਦੋਂ ਬਾਅਦ ਜਦੋਂ ਮੈਨੂੰ ਪਤਾ ਉਹਨਾਂ ਨੂੰ ਇਹ ਡਿਸੀਜਨ ਉਦੋਂ ਨਹੀਂ ਵਧੀਆ ਲੱਗਿਆ ਸੀ, ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਫਿਲਮ ਲਾਈਨ 'ਚ ਜਾਣਾ, ਮੈਂ ਐਕਟਰ ਬਣਨਾ ਹੈ ਨਾ, ਉਦੋਂ ਮੈਂ ਥੀਏਟਰ ਕੀਤਾ ਸੀਗਾ। ਸੋ ਉਹ ਕਹਿੰਦੇ ਉਦੋਂ ਤਾਂ ਇੱਕ ਵਾਰੀ ਉਹਨਾਂ ਨੂੰ ਔਖਾ ਲੱਗਿਆ ਸੀ, ਬਟ ਹੁਣ ਅੱਜ ਸ਼ਾਇਦ ਉਹ ਬਹੁਤ ਖੁਸ਼ ਹੋਣਗੇ ਹੈ ਨਾ, ਉਹੀ ਦੱਸ ਸਕਦੇ ਵੀ ਉਹ ਕਿੰਨੇ ਖੁਸ਼ ਨੇ। ਜਿਹੜੇ ਪਿੰਡ ਦੇ ਯਾਰ ਮਿੱਤਰ ਹੁੰਦੇ ਨੇ ਹੈ ਨਾ, ਸਭ ਤੋਂ ਵੱਧ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਨਾ, ਪਹਿਲਾਂ ਕਹਿੰਦੇ ਵੀ ਯਾਰ ਉਹ ਤੁਰਿਆ ਫਿਰਦਾ ਹੈ ਨਾ, ਹੁਣ ਜਦੋਂ ਵੱਡੇ ਪੜਦੇ ਦੇ ਪ੍ਰੋਜੈਕਸ਼ਨ ਫਿਲਮ ਹੁੰਦੀ ਹੈ ਵੀ ਜੂਨੀਅਰ ਰਿਲੀਜ਼ ਹੋ ਰਹੀ ਹੈ ਡਾਇਰੈਕਟਡ ਬਾਏ, ਠੀਕ ਹੈ ਨਾ, ਤਾਂ ਕੀ ਫੀਲਿੰਗ ਹੈ? ਹਾਂ, ਓਬਵੀਅਸ ਉਹਨਾਂ ਦੇ ਫੋਨ ਤਾਂ ਆਉਂਦੇ ਹੋਣਗੇ ਲੈ ਯਾਰ ਵੀ ਤੂੰ ਤਾਂ ਯਾਰ ਫੱਟੇ ਚੱਕਦੇ ਯਾਰ, ਹਾਂ ਤਾਂ ਸਾਨੂੰ ਤਾਂ ਤੇਰੇ 'ਤੇ ਯਕੀਨ ਹੀ ਨਹੀਂ ਯਾਰ ਵੀ ਤੂੰ ਐਦਾ ਕੁਝ ਕਰਦੇ। ਇਹੋ ਜਿਹੇ ਵੀ ਮੇਰੇ ਕਾਫੀ ਦੋਸਤ ਨੇ ਜਿਨ੍ਹਾਂ ਨੂੰ ਪਤਾ ਨਹੀਂ ਸੀ, ਖਾਸ ਬੰਦੇ ਉਹਨਾਂ ਨੂੰ ਇੱਦਾਂ ਲੱਗਦਾ ਸੀ ਵੀ ਮੈਂ ਐਕਟਰ, ਹਰਮਨ ਦਾ ਐਕਟਰ ਆ ਵੀ ਇਹ ਡਾਇਰੈਕਟਰ ਕਿੱਥੋਂ ਹੈ ਨਾ, ਡਾਇਰੈਕਟਰ ਵਾਲੇ ਪਾਸੇ ਕਿੱਧਰ। ਸੋ ਉਹ ਉਹਨਾਂ ਨੂੰ ਹੋਣਾ, ਇਸ ਫਿਲਮ ਤੋਂ ਬਾਅਦ ਉਹਨਾਂ ਨੇ ਕਈਆਂ ਦੇ ਫੋਨ ਵੀ ਆਏ ਹੈ ਨਾ ਯਾਰ ਵੀ ਤੂੰ ਡਾਇਰੈਕਟਰ ਕਦੋਂ ਬਣ ਗਿਆ ਹੈ ਨਾ। ਮੈਂ ਅਸਿਸਟੈਂਟ ਪਹਿਲਾਂ ਕਰਦਾ ਹੁੰਦਾ ਸੀਗਾ, ਐਜ਼ ਐਨ ਏਡੀ ਕੰਮ ਕੀਤਾ ਮੈਂ ਕਾਫੀ ਟਾਈਮ ਇਸ ਲਾਈਨ 'ਚ ਹੈ ਨਾ, ਲਾ ਲਓ ਵੀ ਜਦੋਂ ਮੈਂ 14-15 'ਚ ਆਇਆ ਸੀ, 14 'ਚ ਲਾ ਲਓ ਮੈਂ ਆਇਆ ਸੀਗਾ, ਅਤੇ ਉਦੋਂ ਨਾਲ ਨਾਲ ਮੈਂ ਐਜ਼ ਐਨ ਏਡੀ ਕੰਮ ਕਰਦਾ ਰਿਹਾ। ਸੋ ਮੈਂ ਇਹੀ ਗੱਲ ਮੈਂ ਪਹਿਲਾਂ ਕਹਿੰਦਾ ਹੁੰਦਾ ਵੀ ਮੈਂ ਡਾਇਰੈਕਸ਼ਨ ਨਹੀਂ ਚੁਣੀ ਗਈ, ਡਾਇਰੈਕਸ਼ਨ ਨੇ ਮੈਨੂੰ ਚੁਣ ਲਿਆ ਹੈ ਨਾ, ਮੈਨੂੰ ਲੱਗਦਾ ਵੀ ਹੈ ਨਾ ਨੇਚਰ ਲੈ ਕੇ ਇੰਟਰਸਟ ਹੁੰਦਾ ਨਾ ਆਪਣੇ ਆਪ, ਉਹ ਵੇਵ ਉਹਨੂੰ ਖਿੱਚ ਕੇ ਲੈ, ਹਾਂ ਖਿੱਚ ਕੇ ਲੈ। ਸੋ ਮੈਂ ਕਹਾਂ ਵੀ ਮੇਰਾ ਡ੍ਰੀਮ ਸੀ, ਮੇਰਾ ਸੁਪਨਾ ਸੀ, ਮੈਂ ਵੀ ਇਹ ਛੋਟੀ ਉਮਰੇ ਦੇਖ ਲਿਆ ਸੀ, ਨਹੀਂ ਮੈਂ ਛੋਟੀ ਉਮਰੇ ਸੁਪਨਾ ਦੇਖਿਆ ਤਾਂ ਮੈਂ ਕ੍ਰਿਕਟਰ ਬਣਦਾ ਦੇਖਿਆ ਜਾਂ ਮੈਨੂੰ ਐਕਟਰ ਬਣਦਾ ਸੀਗਾ, ਪਹਿਲਾਂ ਕ੍ਰਿਕਟਰ ਦਾ ਸੀਗਾ ਫਿਰ ਮੇਰਾ ਐਕਟਰ ਦਾ ਰਿਹਾ ਵੀ ਮੈਂ ਐਕਟਰ ਬਣਨਾ, ਟੀ ਵੀ 'ਚ ਆਉਣਾ, ਟੀ ਵੀ 'ਚ ਆਉਣਾ, ਅਤੇ ਬਟ ਹੁਣ ਮੇਰਾ ਉਹ ਐਕਟਿੰਗ ਵਾਲਾ ਕਿਸੇ ਸਾਈਡ 'ਤੇ ਚਲਾ ਗਿਆ ਐਕਟਰ, ਅਤੇ ਮੇਰਾ ਡਾਇਰੈਕਸ਼ਨ ਵਾਲਾ ਹੁਣ ਸਾਹਮਣੇ ਵੀ ਆ ਗਿਆ, ਅਤੇ ਉਹ ਮੈਨੂੰ ਪੁਸ਼ ਵੀ ਕਰਦਾ ਰਹਿੰਦਾ ਵੀ ਉੱਠ ਕੰਮ ਕਰ ਹੈ ਨਾ। ਸੋ ਅੱਛਾ, ਹਰਮਨ ਇੱਕ ਗੱਲ ਦੱਸੀ ਕਿ ਇਹ ਚਲੋ ਫਿਲਮ ਵੀ ਡਾਇਰੈਕਟ ਕਰ ਲਈ, ਮਿਊਜ਼ਿਕ ਵੀ, ਇਹ ਕਾਲਜ ਟਾਈਮ ਵੀ ਤੁਹਾਡਾ ਇਹੀ ਚੀਜ਼ ਸੀ ਕਿ ਜਦੋਂ ਤੁਸੀਂ ਫੰਕਸ਼ਨ ਕਰਦੇ ਸੀ ਕਿ ਤੁਸੀਂ ਹੀ ਡਾਇਰੈਕਟ ਕਰਦੇ ਸੀ, ਉਹ ਚੀਜ਼ਾਂ ਸਾਰਾ ਦੇਖਦੇ ਸੀ? ਹਾਂ, ਮੈਂ ਦਿੰਦਾ ਸਾਂ ਜਿਹੜਾ ਮੇਰਾ ਕਾਲਜ ਟਾਈਮ ਸੀਗਾ, ਲਾ ਲਓ ਵੀ ਉਦੋਂ ਪਹਿਲੇ 2-3 ਸਾਲ ਤਾਂ ਮੈਂ ਡਾਇਰੈਕਟਰ ਤਾਂ ਸਾਡੇ ਸਾਗਰ ਸੁਰਿੰਦਰ ਸਰ ਉਸਤਾਦ ਜੀ ਮੇਰੇ, ਜਿਨ੍ਹਾਂ ਤੋਂ ਮੈਂ ਵੀ ਐਕਟਿੰਗ ਦੇ ਗੁਣ ਕਾਫੀ ਸਿੱਖੇ, ਅਤੇ ਉਦੋਂ ਬਾਅਦ ਸਾਡਾ ਲਾਸਟ ਈਅਰ ਸੀਗਾ ਜਦੋਂ ਮੇਰਾ ਕਾਲਜ ਦਾ, ਸੋ ਉਦੋਂ ਹੀ ਮੈਂ ਫੈਸਟੀਵਲ ਕਰਵਾਉਣ ਚਲਾ ਗਿਆ ਉਸਤਾਦ ਜੀ ਦੇ ਨਾਲ ਤਿਆਰ ਕਰਵਾਉਣ ਹੈ ਨਾ। ਮੈਂ 2-3 ਕਾਲਜ ਉਦੋਂ ਨਾਲ ਤਿਆਰੀ ਵੀ ਕਰਵਾਈ ਕਾਲਜ ਦੇ ਵਿੱਚ, ਐਜ਼ ਐਨ ਡਾਇਰੈਕਟਰ ਵੀ ਕੰਮ ਕੀਤਾ ਹੈ ਨਾ। ਸੋ ਦੋਨੋਂ ਐਕਸਪੀਰੀਅੰਸ ਹੀ ਲਏ, ਇੱਕ ਪਹਿਲਾਂ ਸਟੂਡੈਂਟ ਵਾਲਾ ਵੀ ਲਿਆ, ਫਿਰ ਥੋੜ੍ਹਾ ਟੀਚਰ ਵਾਲਾ ਵੀ ਲਿਆ ਵੀ ਉਹ ਬਾਅਦ 'ਚ 3 ਸਾਲਾਂ ਬਾਅਦ ਹੈ ਨਾ,
जो आप डायरेक्शन लाइन के होंगे तो तुम घर बैठे होंगे हो या एक अपने फ्लैट के घर के एक तुम फोन आता है तो थोड़े को स्टोरी आँदी है ना दी नाल भी यार हरमन तू ये फिल्म डायरैक्ट कर रही है और जो स्टोरी आप पढ़ते हैं उन्हें कहना यार बहुत बड़ा एक्शन भी है बड़ा थ्रिल भी है और इनू फॉरन के भी शूट करना है ये तुम फिर उदो पर भार समझा सी कि बहुत बड़ा चैलेंज समझा सी भी नहीं यार भी यार ये तो बहुत बड़ा प्रोजैक्ट आ गया तो इन्हों सिरे चढ़ा चढ़ा नहीं मैं भार तो कदे भी नहीं लगेगा मैंने फिल्म का कदे भी भार नहीं लगेगी जी फिल्म का हाँ चैलेंज कह सकते चैलेंज भी किसी हद तक मैनू अपना ही आप कि मैं मेरे को जवाब नहीं है मैं हम कि दसा तुम है ना चैल मैं उम्मीद तो नहीं कहूँगा भी मैं भार से मैंने जो पहली भी फिल्म मिली है ना मैनू कॉल आई बीरे की बीरे को मैं घर बीरे के घर मिलन गया सो बीरे ने उदो पहली बार जो मैं आइडिया सुनाया उदों आइडिया वैब सीरीज़ वास्ते सीगा उदों फिल्म वास्ते नहीं सीगा सो उदों दिमाग च सीगा भी आपां वैब सीरीज़ करनी है तो उदों जदों आइडिया सुनिया सी आइडिया सुन के तो एक बार इदां ही लगता सी भी हाँ यार हाँ ये बाहर शूट हैगी आ है ना तो मैं फॉरन पहला कदे नहीं गया सीगा मैं इसे मूवी च गया है ना सो उदों एक वारी तां होया यार भी बाहर औखा हो जाऊ थोड़ा मैं बाहर टीम ना हाँ भी क्रू भी क्योंकि टीम सानू प्रोडक्शन उत्थों लैनी पई सी है ना क्योंकि उत्थों की सारी टीम ना काम करना सी है ना सो उदो एक तो ऐ लग्या भी हाँ यार औखा है ना पर बाद च बीरे का भी हौसला रहा तो खुद च भी उदों तक तो कॉन्फिडेंस इन्ना आ गया से भी हाँ कर देंगे यार नहीं नहीं दबदी कदे कदे ना थोड़ी जिंदगी च आउंदे ने जो मूड जिथे थोनू ऐ लगदा आ भी हाँ यार भी औखा हो गया इदां नहीं होना चाहिए जिथे तुसीं सोचदे हो भी लाइफ इदां चलनी चाहिए पर इदां नहीं चलदी फिर ऐ हो जांदी है ना उदों फिर आउंदे आ बट कदे ਚਲੋ ਇਹ ਤਾਂ ਲਾਈਫ ਆ ਪਾਰਟ ਆਫ ਲਾਈਫ ਅੱਛਾ ਤੁਸੀਂ ਦੱਸੋ ਐਮਿਕ ਵਿਰਕ ਨਾਲ ਔਰ ਸ੍ਰਿਸ਼ਟੀ ਨਾਲ ਤੁਹਾਡਾ ਕੰਮ ਕਰਨ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਬਹੁਤ ਵਧੀਆ ਬਹੁਤ ਵਧੀਆ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਅਮੀਕ ਵਿਰਕ ਵੀਰੇ ਨਾਲ ਤਾਂ ਮੇਰਾ ਪਹਿਲਾਂ ਤੋਂ ਡਰੀਮ ਹੀ ਸੀਗਾ ਨਾਲ ਉਹ ਵੀ ਮੈਂ ਉਹਨਾਂ ਨਾਲ ਕੰਮ ਕਰਨਾ ਚਾਹੁੰਦਾ ਜੀ ਮੈਂ ਜਦੋਂ ਫਸਟ ਟਾਈਮ ਇਹਨਾਂ ਨੂੰ ਮਿਲਿਆ ਵੀਰੇ ਨੂੰ ਹੈ ਨਾ ਸੋ ਉਦੋਂ ਵੀਰੇ ਨੂੰ ਮੈਂ ਦੱਸੀ ਵੀ ਸੀ ਇਹ ਗੱਲ ਕਿਉਂਕਿ ਮੈਂ ਵੀਰੇ ਨਾਲ ਪਹਿਲਾਂ ਵੀਰੇ ਦੇ ਪ੍ਰੋਡਕਸ਼ਨ ਹਾਊਸ 'ਚ ਕੰਮ ਕੀਤਾ ਐਜ਼ ਐਨ ਬੈਕ ਰੂ ਹੈ ਨਾ ਬੈਕ ਕੈਮਰਾ ਕੰਮ ਕੀਤਾ ਸੀ ਹੈ ਨਾ ਲਾਲੋ ਐਜ਼ ਐਨ ਅਸਿਸਟੈਂਟ ਸੋ ਵੀਰੇ ਨੇ ਫਿਰ ਮੈਂ ਜਦੋਂ ਦੱਸਿਆ ਵੀ ਵੀਰੇ ਮੈਂ ਤੁਹਾਨੂੰ ਪਹਿਲਾਂ ਹੀ ਮਿਲਣਾ ਚਾਹੁੰਦਾ ਸੀਗਾ ਵੀ ਮੈਂ ਤੁਹਾਡੇ ਨਾਲ ਕੰਮ ਵੀ ਕਰਨਾ ਚਾਹੁੰਦਾ ਵੀਰਾ ਕਹਿੰਦਾ ਫਿਰ ਤਾਂ ਸਬੱਬ ਬਣ ਗਿਆ ਹੈ ਨਾ ਹੁਣ ਆਪਾਂ ਕਰਨਾ ਸੋ ਉਦੋਂ ਤਾਂ ਫਿਰ ਮੈਨੂੰ ਫਿਰ ਉਦੋਂ ਬਾਅਦ ਐਂ ਸੀਗਾ ਵੀ ਕਾਸਟ ਲਈ ਉਦੋਂ ਕਾਸਟ ਨਹੀਂ ਸੀਗੀ ਹੈ ਨਾ ਫਿਰ ਵੀਰੇ ਨੂੰ ਉਦੋਂ ਲਾ ਲਓ ਵੀ ਸਾਹਮਣੇ ਵੀਰਾ ਬੈਠਾ ਸੀ ਨਾ ਜਦੋਂ ਵੀਰੇ ਨੇ ਆਈਡੀਆ ਸੁਣਾਈ ਸੋ ਫਿਰ ਉਹ ਵੀਰੇ ਵੀ ਕਾਸਟ ਹੋ ਗਏ ਹੈ ਨਾ ਫਿਰ ਉਦੋਂ ਬਾਅਦ ਸਿਸਟੀ ਕਾਸਟ ਹੋਏ ਅਤੇ ਜਦੋਂ ਸਿਸਟੀ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਸਿਸਟੀ ਜਦੋਂ ਆਏ ਸੀਗੇ ਸਿਸਟੀ ਨੇ ਸਾਡੀ ਬਹੁਤ ਹੈਲਪ ਕੀਤੀ ਵੀਰੇ ਦੀਆਂ ਜਿਵੇਂ ਲਾ ਲਓ ਸਾਡੀ ਐਕਟਿੰਗ ਕਲਾਸਿਸ 'ਚ ਬਹੁਤ ਹੈਲਪ ਕੀਤੀ ਹੈ ਨਾ ਉਹਨਾਂ ਦਾ ਨੇਚਰ ਬਹੁਤ ਬਾਕਮਾਲ ਆ ਉਹ ਐਕਟਰ ਵੀ ਬਹੁਤ ਬਾਕਮਾਲ ਨੇ ਸੋ ਸਾਰੀ ਟੀਮ ਦਾ ਬਹੁਤ ਵਧੀਆ ਨੇਚਰ ਸੀ ਬਹੁਤ ਵਧੀਆ ਕੋਆਰਡੀਨੇਟਰ ਹੈ ਇੱਕ ਚੀਜ਼ ਪੁੱਛਣਾ ਚਾਹੁੰਦੀ ਸੀ ਸ੍ਰਿਸ਼ਟੀ ਜੈਨ ਜਿਵੇਂ ਹਿੰਦੀ ਸੀਰੀਅਲਸ ਵਿੱਚੋਂ ਆਈ ਹੈ ਉਹ ਇੱਕਦਮ ਉਹਨੇ ਪੰਜਾਬੀ ਮੂਵੀ ਕਰ ਰਹੀ ਹੈ ਤਾਂ ਤੁਹਾਨੂੰ ਮਤਲਬ ਥੋੜ੍ਹਾ ਡਿਫੀਕਲਟ ਨਹੀਂ ਲੱਗਿਆ ਉਹਨਾਂ ਨੂੰ ਲੈਂਗੁਏਜ ਵਾਈਜ਼ ਮੈਂ ਇਹੀ ਮੈਨੂੰ ਲੱਗਦਾ ਚੰਗੇ ਐਕਟਰਾਂ 'ਚ ਚੰਗੇ ਐਕਟਰ ਲਈ ਇਹ ਬਹੁਤ ਕੋਈ ਔਖੀ ਗੱਲ ਨਹੀਂ ਚੰਗੇ ਐਕਟਰਾਂ 'ਚ ਤਾਂ ਬਹੁਤ ਸਾਰੇ ਹੋਰ ਉਹਨਾਂ ਨੂੰ ਕਿਰਦਾਰ ਅਪਣਾਉਣੇ ਜਾਂ ਉਹਨਾਂ ਨੂੰ ਨਵੇਂ ਉਹਨਾਂ ਲੈਂਗੁਏਜ ਬੈਰੀਅਰ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਨਹੀਂ ਕੋਈ ਵੀ ਹੈ ਨਾ ਕੋਈ ਵੀ ਲੈਂਗੁਏਜ ਹੋਵੇ ਮੈਨੂੰ ਲੱਗਦਾ ਉਹ ਕਰਨਗੇ ਅਤੇ ਬਹੁਤ ਘੈਂਟ ਐਕਟਰ ਨੇ ਉਹਨਾਂ ਲਈ ਤਾਂ ਔਖਾ ਨਹੀਂ ਇਹ ਆਪਾਂ ਨੂੰ ਲੱਗਦਾ ਆ ਹੈ ਨਾ ਮੈਨੂੰ ਵੀ ਪਹਿਲਾਂ ਇੱਦਾਂ ਲੱਗਦਾ ਸੀ ਵੀ ਹਿੰਦੀ ਯਾਰ ਔਖੀ ਆ ਪਰ ਜਦੋਂ ਹਿੰਦੀ ਮੈਂ ਕੇਸਰੀ ਮੂਵੀ ਕੀਤੀ ਸੀ ਅਤੇ ਮੈਂ ਜਦੋਂ ਉਦੋਂ ਉੱਦਾਂ ਦਾ ਔਰਾ ਬਣ ਗਿਆ ਨਾਲ ਸਾਰੇ ਹਿੰਦੀ ਬੋਲਣ ਵਾਲੇ ਮਿਲ ਗਏ ਸੋ ਉਦੋਂ ਹਿੰਦੀ ਵੀ ਔਖੀ ਨਹੀਂ ਲੱਗੀ ਤੋ ਸੋ ਸਾਨੂੰ ਇੰਨਾ ਲੱਗਿਆ ਹੀ ਨਹੀਂ ਵੀ ਹਾਂ ਯਾਰ ਵੀ ਉਹਨਾਂ ਪੰਜਾਬੀ ਬੋਲਦੇ ਥੋੜ੍ਹੇ ਔਕਵਰਡ ਲੱਗਦੇ ਆ ਜਾਂ ਥੋੜ੍ਹੇ ਹੋਰ ਨਹੀਂ ਬਹੁਤ ਜੀ ਪਰਮਾਤਮਾ ਸੁੱਖ ਰੱਖੇ ਤੁਹਾਡੇ ਸੋ ਦੋਸਤੋ ਅੱਜ ਅਸੀਂ ਜੂਨੀਅਰ ਫਿਲਮ ਦੇ ਟ੍ਰੇਲਰ ਲਾਂਚ 'ਤੇ ਇਕੱਠੇ ਹੋਏ ਸੀ ਔਰ ਫਿਲਮ ਜਿਹੜੀ ਹੈ ਬਹੁਤ ਜਲਦੀ ਰਿਲੀਜ਼ ਹੋਣ ਵਾਲੀ ਹੈ ਸਿਨੇਮਾ ਘਰਾਂ ਦੇ ਵਿੱਚ ਔਰ ਪੂਰੀ ਉਮੀਦ ਹੈ ਕਿ ਫਿਲਮ ਤੁਹਾਡੀ ਸਾਰੇ ਦਰਸ਼ਕਾਂ ਦੀ ਕਸੌਟੀ 'ਤੇ ਖਰੀ ਉਤਰੂਗੀ ਕਿਉਂਕਿ ਜਿਸ ਤਰੀਕੇ ਦੀ ਰਿਪੋਰਟਸ ਆ ਰਹੀਆਂ ਨੇ ਰਿਪੋਰਟਸ ਬੜੀਆਂ ਵਧੀਆ ਆ ਰਹੀਆਂ ਨੇ ਸੋ ਪੂਰੀ ਟੀਮ ਨੂੰ ਸਾਡੇ ਵੱਲੋਂ ਨਿਸ਼ਕਾਰਾ ਇੰਟਰਟੇਨਮੈਂਟ ਬਾਕਸ ਵੱਲੋਂ ਮੁਬਾਰਕਾਂ ਔਰ ਪਰਮਾਤਮਾ ਕਰੇ ਪੰਜਾਬੀ ਸਿਨੇਮਾ ਜਿਉਂਦਾ ਰਹੇ ਪਰਮਾਤਮਾ ਕਰੇ ਪੰਜਾਬੀ ਸਿਨੇਮਾ ਇਸ ਤਰ੍ਹਾਂ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਤੁਹਾਡਾ ਦੋਸਤੋ ਬਹੁਤ ਬਹੁਤ ਸ਼ੁਕਰੀਆ